ਨਾਲੀ ਤੇ ਜਾਂਦੇ ਆ ਪਿੱਛੇ ਡਿੱਗੀ ਜੀ ਕਰ ਦਿੱਤੀ ਆ ਤਾਂ ਘੱਟ ਕੀਤਾ ਕਾਪੀ ਰਾਈਟ ਵੀ ਆਉਂਦਾ ਅੱਜ ਆਪਣੇ ਬਲੌਗ ਤੇ ਠੀਕ ਆ ਕਹਿ ਰਹੇ ਸੀ ਤੁਸੀਂ ਹੁਣ ਦੇਖ ਹੀ ਲਓ ਇੱਕ ਤਾਂ ਹੁਣ ਟਰੈਕਟਰ ਚਲਾਉਣਾ ਸੀਗਾ ਇੱਕ ਵੀਡੀਓ ਬਣਾਉਣੀ ਸੀਗੀ ਅਤੇ ਉੱਥੇ ਵੀ ਬਹੁਤ ਔਖਾ ਮੋੜਿਆ ਸੀ ਮੈਂ ਅਤੇ ਸੰਭਲਦਾ ਨਹੀਂ ਟਰੈਕਟਰ ਹੈ ਇੱਕ ਹੱਥ ਨਾਲ ਤਾਂ ਅਤੇ ਹੁਣ ਦੇਖ ਲਓ ਔਖਾ ਹੋ ਕੇ ਵੀਡੀਓ ਬਣਾਉਣੀ ਪੈਂਦੀ ਆ ਪਰ ਬਲੌਗਿੰਗ ਤੁਹਾਨੂੰ ਆਖਿਰ ਸਟਾਰਟ ਕਰੂੰਗਾ ਤਾਂ ਕਰੂੰਗਾ ਮੇਰੇ ਕੋਲ ਇੱਕ ਟਰਾਈਪੋਡ ਨਹੀਂ ਅਤੇ ਹੁਣ ਮੰਗਾਇਆ ਹੋਇਆ ਇੱਕ ਅੱਧੇ ਦਿਨ 'ਚ ਆ ਹੀ ਜਾਊਗਾ ਹੁਣ ਤਾਂ ਪਰ ਪੈਕ ਹੋ ਗਿਆ ਉੱਥੋਂ ਪੇਮੈਂਟ ਵੀ ਹੋ ਗਈ ਉਹਨਾਂ ਨੂੰ ਅਤੇ ਹੁਣ ਆ ਜੂਗਾ ਆਪਣੇ ਕੋਲ ਜੂਨ ਦੇ ਅੰਦਰ ਅੰਦਰ ਆ ਜੂ ਜਾਂ ਐਂਡ ਫਸਟ ਵੀਕ ਜਾ ਜੂ
ਨਹੀਂ ਜੁਲਾਈ ਦੇ 2 ਤਰੀਕ ਤੱਕ ਆ ਜੂਗਾ, ਫਿਰ ਆਪਾਂ ਵਲੋਗਿੰਗ ਸਿਰਾ ਲਾ ਦਿਆ ਕਰਾਂਗੇ। ਦੇਖ ਲਓ ਉੱਧਰ ਬਹੁਤ ਉਜਾੜ ਜੀ ਆ, ਉੱਧਰ ਵੀ ਜ਼ਮੀਨ ਤਾਂ ਹੁੰਦੀ ਸਾਡੀ ਉਹ ਪਰ ਵੇਚਤੀ ਸੀ। ਹੁਣ ਅੱਗੇ ਜਾਂਦੇ ਹਾਂ ਆਪਾਂ, ਦੋਸਤ ਜੋ ਪੰਗਾ ਹੋ ਗਿਆ ਸੀ, ਸਫੈਦਾ ਵੱਢੀ ਜਾਂਦਾ ਸੀ ਅਤੇ ਕਹਾੜੀ ਟੁੱਟੀ। ਵਾਓ, ਅਤੇ ਠੀਕ ਜੇ ਕਰਕੇ ਹੱਥ ਦੇਖ ਲਓ। ਛੋਟੇ ਜਿਹੇ ਦੇਖੇ ਹੁਣ ਵੀਡੀਓ 'ਚ, ਦੱਸਿਓ ਕਿਵੇਂ ਲੱਗੀ। ਇਹ ਦੋਸਤੋ ਬਹੁਤ ਲੋਕਾਂ ਦੇ ਮੈਨੂੰ ਦੋਸਤਾਂ ਦੇ ਕਮੈਂਟ ਆਏ ਸੀ ਕਿ ਉਹ ਮੱਥਾ ਮਾਰੀ ਜਾਂਦਾ ਗਾ ਯਾਰ, ਮਤਲਬ ਐਂ ਕਹਿੰਦੇ ਸੀ, ਮੈਂ ਨਹੀਂ ਕਹਿੰਦਾ ਤੁਹਾਨੂੰ, ਅਤੇ ਕਹਿੰਦੇ ਮੈਨੂੰ ਕੁੱਤੇ ਖਾਣੀ ਅੱਗੇ, ਕੋਈ ਵੀਡੀਓ ਤਾਂ ਦੇਖਦਾ ਨਹੀਂ ਗਾ। ਬਾਹਲੇ ਲੋਕਾਂ ਨੇ ਆਖਿਆ ਕਿ ਤੂੰ ਨਵਾਂ ਚੈਨਲ ਖੋਲ੍ਹ, ਥੋੜ੍ਹਾ ਜਿਹਾ ਇਹਨੂੰ ਬੰਦ ਕਰ। ਮੈਂ ਇੱਥੇ ਯਾਰ ਸ਼ੁਰੂ ਤੋਂ ਚੈਨਲ ਹੈ ਮੇਰੇ, ਇਹ ਕਾਹਨੂੰ ਬੰਦ ਕਰਨਾ ਇਹਨੂੰ। ਅਤੇ ਹੁਣ ਤੁਸੀਂ ਦੇਖ ਲਓ, ਪਹਿਲਾਂ ਜਦੋਂ ਮੈਂ ਇਹ ਸ਼ੁਰੂ ਕੀਤਾ ਸੀ ਚੈਨਲ, ਉਦੋਂ 0 ਦੀ ਬਣਾ, 14 ਸਬਸਕ੍ਰਾਈਬਰ ਸੀਗੇ, ਵੀਡੀਓ ਬਣ ਕੇ 134 ਹੋ ਗਏ, ਅਤੇ 96-88 ਦੀ ਹੋ ਗਏ। ਮੈਂ ਚੈਨਲ ਵੀ ਛੱਡਤਾ ਸੀਗਾ, ਚੈਨਲ ਸ਼ੁਰੂ ਕੀਤਾ ਅਤੇ ਮੈਂ ਪੈਦਲ ਲਗਾਤਾ। ਦੇਖ ਲਓ ਤੁਸੀਂ, ਅਤੇ ਕੁਛ ਲੋਕਾਂ ਨੂੰ ਮੈਂ ਯਾਰ ਥੈਂਕਸ ਕਹਿਣਾ ਚਾਹੁੰਦਾ, ਜਿਵੇਂ ਧਰਮਜੀਤ ਸ਼ਰਮਾ, ਮਨਿੰਦਰ ਸ਼ਰਮਾ, ਸੰਨੇ ਭਰਾਵਾਂ ਨੇ ਯਾਰ ਬਹੁਤ ਸਪੋਰਟ ਕੀਤੀ ਆ। ਮਨਿੰਦਰ ਸ਼ਰਮਾ ਦੀ ਹਰ ਇੱਕ ਵੀਡੀਓ 'ਤੇ ਮੈਨੂੰ ਕਮੈਂਟ ਆਉਂਦਾ ਯਾਰ, ਸਰਾ ਮਤਲਬ ਨਾਈਸ ਯਾਰ, ਇੰਨੀ ਹੌਸਲਾ ਵੱਧ ਹੁੰਦਾ ਕੋਈ ਕਮੈਂਟ ਕਰਦਾ। ਅਤੇ ਲਵਜੀ ਯਾਰ ਜਿੰਨਾ ਨਹੀਂ ਕੀਤਾ, ਅਤੇ ਹੁਣ ਜਾਵਾਂਗੇ ਘਰੇ, ਵੀਡੀਓ ਖਤਮ ਕਰਾਂਗੇ, ਠੀਕ ਆ। ਅਤੇ ਸਿਨਮੈਟਿਕ ਸ਼ੋਟ ਸਾਹਮਣੇ ਦੇਖ ਲਾਂਗੇ ਮਾੜੇ ਜਿਹੇ, ਹੁਣ ਵੀ ਇਹਦੇ ਪਿੱਛੇ ਮੈਂ ਪੂਰੀ ਵੀਡੀਓ ਦੇਖ ਕਰਾਂ ਯਾਰ। ਥੈਂਕ ਯੂ ਲਵਜੀ ਯਾਰ, ਬਹੁਤ ਔਖਾ ਵੱਡਿਆ, ਦੋ ਟੋਟੇ ਕੀਤੇ, ਕਹਾੜੀ ਟੁੱਟ ਗਈ ਸੀ ਜਮਾਂ, ਖੜਾ ਖੜਾ ਵੱਡਿਆ, ਬਹੁਤ ਮੋਟਾ ਫਾਇਦਾ ਸੀਗਾ। ਹੁਣ ਝਾਕਦਾ ਕਿਹਦੇ ਨਾਲ ਗੱਲਾਂ ਮਾਰੀ ਜਾਂਦਾ, ਆਹ ਦੇਖ ਮੁੜਕ ਆ ਗਿਆ। ਤੇ ਹੁਣ ਵੀਡੀਓ ਸਿੱਧੀ ਟਰੈਕਟਰ 'ਤੇ ਆਓ, ਠੀਕ ਹੈ ਨਾ। ਓਕੇ ਯਾਰ, ਲਵ ਯੂ ਬਾਏ।
Thank you.
ਹੈ।